ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਆਸਾ ਦੀ ਵਾਰ ਦਾ 20ਵਾਂ ਛੱਕਾ ਗਾਇਨ ਕਰਨਾ ਸਿੱਖਾਂਗੇ। ਰਾਗ ਗੁਜਰੀ ਵਿੱਚ ਆਪਾਂ ਇਹ ਛੱਕਾ ਸਿੱਖਣਾ ਹੈ। ਰਾਗ ਗੁਜਰੀ ਦੀਆਂ ਸੁਰਾਂ ਸਾ ਰੇ ਗਾ ਕੋਮਲ, ਮਾਧਾ ਮਾ ਤੀਬਰ ਧਾ ਕੋਮਲ, ਨੀ ਸਾ ਨੀ ਦਾ ਕੋਮਲ, ਮਾ ਤੀਬਰ ਗਾ ਰੇ ਸਾ। ਇਸ ਛੱਕੇ ਦੀ ਸ਼ੁਰੂਆਤ ਆਪਾਂ ਕਹਿਰਵੀ ਤਾਲ ਦੇ ਵਿੱਚ ਕਰਾਂਗੇ। ਪਹਿਲਾਂ ਮੈਂ ਤਬਲੇ ਦੀ ਤਾਲ ਦੇ ਨਾਲ ਗਾਇਨ ਕਰਕੇ ਦੱਸਾਂਗਾ, ਉਸ ਤੋਂ ਬਾਅਦ ਤੁਹਾਨੂੰ ਉਸਦੀ ਸਰਗਮ ਦੱਸਾਂਗਾ ਜੀ। ਹੁਣ ਇਸਦੀ ਸਰਗਮ ਦੇਖੋ। ਵਧਾਈਆਂ ਵਧਾਈਆਂ ਵਧਾਈਆਂ, ਸਰਗਮ ਧਾ ਗਾ ਰੇ ਗਾ ਰੇ ਸਾ ਰੇ ਰੇ ਰੇ, ਸ਼ਬਦ ਵਧਾਈਆਂ ਵਧਾਈਆਂ ਵਧਾਈਆਂ। ਨੈਕਸਟ ਲਾਈਨ ਸਰਗਮ ਗੁਰ ਸਿੱਖਾਂ ਰੇ ਨਿਧਾ ਗਾ ਰੇ ਗਾ ਰੇ ਸਾ ਸਾ ਸਾ, ਸ਼ਬਦ ਦੇਖੋ। ਗੁਰ ਸਿੱਖਾਂ ਮਾਨ ਵਧਾਈਆਂ, ਇੱਕ ਵਾਰੀ ਫੇਰ ਦੇਖੋ ਸ਼ਬਦ। ਗੁਰ ਸਿੱਖਾਂ ਧਾ ਤੋਂ ਧਾ ਕੋਮਲ ਤੋਂ ਗਾ ਕੋਮਲ ਤੇ ਆਵਾਜ਼ ਨੂੰ ਖਿੱਚ ਕੇ ਲੈ ਕੇ ਜਾਣਾ ਹੈ। ਗੁਰ ਸਿੱਖਾਂ ਮਾਨ ਵਧਾਈਆਂ, ਨੈਕਸਟ ਲਾਈਨ ਜਿਨ ਮੇਰਾ ਸਤ ਗੁਰ ਡਿੱਠਾ ਰਾਮ ਰਾਜੇ, ਫਿਰ ਇਹਨੂੰ ਦੁਬਾਰਾ ਰਿਪੀਟ ਕਰਨਾ ਹੈ। ਜਿਨ ਮੇਰਾ ਸਤ ਗੁਰ ਡਿੱਠਾ ਰਾਮ ਰਾਜੇ, ਇਹਦੀ ਸਰਗਮ ਦੇਖੋ। ਧਾ ਗਾ ਗਾ ਰੇ ਗਾ ਰੇ ਸਾ ਸਾ ਸਾ, ਸ਼ਬਦ ਦੇਖੋ। ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਜਿਹੜੀ ਨੈਕਸਟ ਲਾਈਨ ਹੈ ਸੇਮ ਇਹੀ ਸਰਗਮ ਤੇ ਆਉਣਾ ਹੈ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰ ਸਿੱਖਾ ਮਨ ਮਿੱਠਾ। ਨੈਕਸਟ ਲਾਈਨ ਸੇਮ ਇਹੀ ਸਰਗਮ ਤੇ,
ਹਰ ਦਰਗਹ ਗੁਰਸਿੱਖ ਪਹਿਨਾਈ ਹੈ, ਜਿਨ੍ਹਾਂ ਮੇਰਾ ਸਤਿਗੁਰ ਤੁਠਾ। ਨੈਕਸਟ ਲਾਈਨ ਵੀ ਸੇਮ ਇਹੀ ਲਾਈਨ ਤੇ, ਇਹੀ ਸਰਗਮ ਤੇ। ਜਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਉੱਠਾ। ਇੱਕ ਵਾਰੀ ਫਿਰ ਦੇਖੋ। ਜਨ ਨਾਨਕ ਹਰ ਹਰ ਹੋਇਆ, ਸਰਗਮ ਦੇਖੋ ਜਿਹੜੀ ਸ਼ੁਰੂ ਚ ਕਰਾਈ ਉਹੀ ਸਰਗਮ। ਧਾ ਧਾ ਗਾ ਰੇ ਗਾ ਰੇ ਸਾ ਰੇ ਰੇ ਰੇ, ਹਰ ਹਰ ਮਨ ਉੱਠਾ। ਖਤਮ ਕਿੱਦਾਂ ਕੀਤਾ ਹੈ ਸਰਗਮ ਨਾਲ ਦੇਖੋ। ਧਾ ਧਾ ਗਾ ਰੇ ਗਾ ਰੇ ਸਾ ਸਾ ਧਾ ਨੀ ਸਾ। ਸ਼ਬਦ ਦੇਖੋ, ਹਰ ਹਰ ਖਿੱਚ ਕੇ ਲੈ ਕੇ ਜਾਣਾ ਹੈ ਜਿੱਦਾਂ ਪਹਿਲਾਂ ਵੀ ਦੱਸਿਆ ਹੈ। ਹਰ ਹਰ ਮਨ ਉੱਠਾ। ਇੱਥੋਂ ਸਲੋਕ ਸ਼ੁਰੂ ਹੋਣਾ ਹੈ, ਸਾਈਡ ਵਾਲੇ ਸਿੰਘ ਨੇ ਗਾਇਨ ਕਰਨਾ ਹੈ। ਸਲੋਕ ਮਹਲਾ ਪਹਿਲਾ, ਨਾਨਕ ਫਿੱਕੇ ਬੁਲੇ ਤਨ ਮਨ ਫਿੱਕੇ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸਟੀਏ ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਹਾੜਾਂ ਬਾਹਰ ਗੁਦਰ ਤੇ ਪਲੇ ਸੰਸਾਰ। ਸਿੰਪਲ ਦੇਖੋ, ਜਿਨ ਪਟ ਅੰਦਰ ਬਾਹਰ ਗੁਦਰ ਤੇ ਪਲੇ ਸੰਸਾਰ, ਤਿੰਨੇ ਹੋਣ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕਹਿਰੀ ਬਾਜ ਸੱਚੇ ਨਾਹੇ। ਦਰਬਾਰ ਉੱਪਰ ਖਰਚ ਮੰਗਾ ਜੱਬੇ ਦੇ ਤਾ ਖਾਹੇ, ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ, ਦਰਲੇ ਲੇਖਾ ਮੀਰ ਛੁੱਟੇ ਨਾਨਕਾ ਜੋ ਤੇਲ। ਇਸ ਤੱਕ ਬੋਲ ਕੇ ਇਸ ਤੋਂ ਬਾਅਦ ਪੌੜੀ ਆਣੀ ਹੈ, ਕਹਿ ਕੇ ਦਾਲ ਦਰਲੇ ਲੇਖਾ ਪੀਰ ਛੁੱਟੇ ਨਾਨਕਾ ਜੋ ਤੇਲ। ਪੌੜੀ ਸਰਗਮ ਦੇਖੋ ਜਿਹੜੇ 19ਵੇਂ ਛੱਕੇ ਤੇ ਪੌੜੀ ਤੇ ਸਰਗਮ ਲੱਗੀ ਹੈ ਸੇਮ ਉਹੀ ਲੱਗਣੀ ਹੈ, ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਪੌੜੀ ਆਪੇ ਹੀ ਕਰਨਾ ਕੀਓ, ਧਾ ਧਾ ਗਾ ਰੇ ਸਾ ਸਾ ਸਾ, ਆਪੇ ਹੀ ਕਰਨਾ ਕੀਓ, ਕੱਲ ਆਪੇ ਹੀ ਤੇ ਧਾਰੀਏ
ਦੇਖ ਕੀਤਾ ਆਪਣਾ ਸਰਗਮ ਮਾਧਾ ਸਾਨੀ ਦਾ ਧਾ ਧਾ ਮਾ ਗਾ ਰੇ ਗਾ ਰੇ ਸਾ 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 ਆਪ ਸ਼ਬਦ ਦੇਖੋ ਆਪੇ ਹੀ ਤੇ ਤੈ ਤਾਰੀਏ ਦੇਖ ਕੀਤਾ ਆਪਣਾ ਆਪੇ ਹੀ ਤੈ ਤਾਰੀਏ ਦੇਖ ਕੀਤਾ ਆਪਣਾ ਨੈਕਸਟ ਲਾਈਨ ਸੇਮ ਹੀ ਸਰਗਮ ਤਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪਰਾਣ ਹੈ ਕਿਉਂ ਸਾਹਿਬ ਮਨੋ ਵੀ ਸਾਰੀ ਹੈ ਆਪਣੇ ਹੱਥੀ ਆਪਣਾ ਫਿਰ ਇੱਥੋਂ ਆਪੇ ਹੀ ਖਾਸ ਵਾਰੀ ਹੈ ਆਪੇ ਹੀ ਕਾਸ ਵਾਰੀਏ ਕਾਸ ਵਾਰੀਏ ਕਾਸ ਵਾਰੀਏ ਸਰਗਮ ਦੇਖੋ ਗਾਮਾ ਦਾ ਸਾ ਸ਼ਬਦ ਆਪੇ ਹੀ ਅਗਲੀ ਲਾਈਨ ਕਾਸ ਵਾਰੀਏ ਗਾ ਰੇ ਸਾ ਸਾ ਕਾਸ ਵਾਰੀਏ ਧਾ ਮਾ ਗਾ ਗਾ ਕਾਸ ਵਾਰੀਏ ਗਾ ਰੇ ਸਾ ਸਾ ਇਹ ਹੈ ਪੌੜੀ ਉਸ ਤੋਂ ਬਾਅਦ ਤਬਲੇ ਵਾਲੇ ਸਿੰਘ ਨੇ ਜਦੋਂ ਸਮਾਪਤ ਹੋ ਜਾਣਾ ਹੈ ਲਾਸਟ ਵਿੱਚ ਤਬਲੇ ਵਾਲੇ ਸਿੰਘ ਨੇ ਬੋਲਣਾ ਪੌੜੀ ਆਪੇ ਹੀ ਕਰਨਾ ਕੀ ਉਹ ਕੱਲ ਆਪੇ ਹੀ ਤੇ ਧਾਰੀਏ ਦੇਖੇ ਕੀ ਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਹਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵੀ ਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾ ਸਵਾਰੀ ਹੈ ਇਹ ਹੈ ਤੁਹਾਡਾ ਵੀਹਵਾਂ ਛੱਕਾ ਆਸਾ ਦੀ ਵਾਰ ਦਾ ਨੈਕਸਟ ਵੀਡੀਓ ਵਿੱਚ ਆਪਾਂ 21ਵਾਂ ਛੱਕਾ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ